ਦੇਸ਼ ਵਿੱਚ ਜਲਦੀ ਹੀ ਇੱਕ ਦੇਸ਼ ਇੱਕ ਵੇਤਨ ਯਾਨੀ ਕਿ ਵਨ ਨੇਸ਼ਨ ਵਨ ਪੇ ਡੇ ਲਾਗੂ ਹੋ ਸਕਦਾ ਹੈ, ਜਿਸ ਦੇ ਲਈ ਕੇਂਦਰ ਸਰਕਾਰ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੋਦੀ ਸਰਕਾਰ ਵੱਖ ਵੱਖ ਸੈਕਟਰ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਲਈ ਇੱਕ ਵੱਡਾ ਫੈਸਲਾ ਲੈਣਾ ਚਾਹੁੰਦੀ ਹੈ। ਦਰਅਸਲ ਸਰਕਾਰ ਇੱਕ ਦੇਸ਼ ਤੇ ਵੇਤਨ ਦਾ ਇੱਕ ਦਿਨ ਸਿਧਾਂਤ ਤੇ ਕੰਮ ਕਰ ਰਹੀ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਦੇਸ਼ ਦੇ ਸਾਰੇ ਕਰਮਚਾਰੀਆਂ ਨੂੰ ਇੱਕ ਹੀ ਦਿਨ ਆਪਣੀ ਸੈਲਰੀ ਮਿਲੇ। ਕੇਂਦਰੀ ਲੇਬਰ ਮੰਤਰੀ ਸੰਤੋਸ਼ ਗੰਗਵਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਇੱਕ ਵੇਤਨ ਦਾ ਦਿਨ ਇੱਕ ਪ੍ਰਣਾਲੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਗੰਗਵਾਰ ਨੇ ਕਿਹਾ ਕਿ ਸੰਗਠਿਤ ਖੇਤਰ ਦੇ ਕਰਮਚਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਇਸ ਵਿਵਸਥਾ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਵੱਖ ਵੱਖ ਸੈਕਟਰਾਂ ਦੇ ਕਰਮਚਾਰੀਆਂ ਦੀ ਸੈਲਰੀ ਸਮਾਂ ਸੁਨਿਸ਼ਚਿਤ ਕਰਨ ਲਈ ਪੂਰੇ ਦੇਸ਼ 'ਚ ਇੱਕ ਹੀ ਦਿਨ ਵੇਤਨ ਦਿੱਤੇ ਜਾਣ ਦਾ ਪ੍ਰਾਵਧਾਨ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਨੇ ਕਿ ਇਸ ਦੇ ਲਈ ਜਲਦ ਹੀ ਕਾਨੂੰਨ ਬਣਾਇਆ ਜਾਵੇ। ਇਸ ਵਿੱਚ ਵੇਤਨ ਦੀ ਇੱਕ ਰੂਪਤਾ, ਵੇਤਨ ਮਿਲਣੇ ਕਾ ਦਿਨ ਔਰ ਸਮੇਂ ਕਿ ਮਹੀਨੇ ਮੈਂ ਸਪਤਾਹ ਮੈਂ ਪੰਦਰਾਂ ਦਿਨ ਮੈਂ ਅਗਰ ਵੇਤਨ ਮਿਲਣਾ ਹੈ ਉਸਕਾ ਸਮੇਂ ਔਰ ਤਾਰੀਖ ਤੇ ਹੋ ਔਰ ਉਸਕੋ ਨਿਸ਼ਚਿਤ ਕਰਾ। ਹਮਨੇ ਇਹ ਕਾਨੂੰਨ ਪਹਿਲਾ ਕਾਨੂੰਨ ਕੋਡ ਔਨ ਵੇਜਿਜ ਲੋਕ ਸਭਾ ਮੈਂ ਪਾਰਿਤ ਕਰ ਦਿਆ। ਅਬ ਰਾਜੋ ਮੈਂ ਗਿਆ ਹੈ, ਰਾਜ ਆਪਣੇ ਹਿਸਾਬ ਸੇ ਮਿਨੀਮਮ ਵੇਜ ਤੈਅ ਕਰਨੇ ਕਾ ਕਾਮ ਕਰੇਂਗੇ ਔਰ ਬਾਕੀ ਤਾਰੀਖੇ ਤੈਅ ਕਰੇਂਗੇ। ਮੁਝੇ ਲਗਤਾ ਹੈ ਕਿ ਦੋ ਤਿੰਨ ਮਹੀਨੇ ਮੈਂ ਇਹ ਪ੍ਰਕਿਰਿਆ ਸਹੀ ਸਰੂਪ ਹੋ ਕਰ ਆਪਕੇ ਬੀਚ ਮੈਂ ਆ ਜਾਏਗੀ। ਸਰਕਾਰ ਯੂਨੀਫਾਰਮ ਮਿਨੀਮਮ ਵੇਜ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ ਤਾਂ ਕਿ ਮਜ਼ਦੂਰਾਂ ਦੀ ਜ਼ਿੰਦਗੀ 'ਚ ਸੁਧਾਰ ਹੋ ਸਕੇ। ਉਹਨਾਂ ਦੀ ਸਰਕਾਰ ਕਿੱਤਾ ਮੁਖੀ ਸੁਰੱਖਿਆ, ਹੈਲਥ ਐਂਡ ਵਰਕਿੰਗ ਕੰਡੀਸ਼ਨ ਕੋਡ, ਕੋਡ ਔਨ ਵੇਜਿਸ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਸੰਸਦ ਵਿੱਚ ਕੋਡ ਔਨ ਵੇਜਿਸ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ ਤੇ ਹੁਣ ਇਸ ਦੇ ਨਿਯਮਾਂ ਤੇ ਕੰਮ ਕੀਤਾ ਜਾ ਰਿਹਾ ਹੈ। ਹੈਲਥ ਐਂਡ ਵਰਕਿੰਗ ਕੰਡੀਸ਼ਨ ਕੋਡ ਨੂੰ ਲੋਕ ਸਭਾ ਵਿੱਚ 23 ਜੁਲਾਈ 2019 ਨੂੰ ਪੇਸ਼ ਕੀਤਾ ਗਿਆ ਸੀ। ਇਸ ਕੋਡ ਨੂੰ 13 ਲੇਬਰ ਲਾਅ ਨੂੰ ਮਿਲਾ ਕੇ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਹੋਰ ਪ੍ਰਾਵਧਾਨਾਂ ਨੂੰ ਵੀ ਜੋੜਿਆ ਜਾ ਰਿਹਾ, ਜਿਵੇਂ ਕਿ ਹਰ ਕਰਮਚਾਰੀ ਨੂੰ ਅਪਾਇੰਟਮੈਂਟ ਲੈਟਰ, ਸਲਾਨਾ ਫ੍ਰੀ ਮੈਡੀਕਲ ਚੈੱਕਅਪ ਨੂੰ ਵੀ ਇਸ ਵਿੱਚ ਜੋੜਿਆ ਗਿਆ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।